ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਦੇ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਾਥੇ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖਿਆ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੋ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਉਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਉਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਇਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮੰਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦੇ ਆਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਆ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ, ਅਸੰਖ ਸੂਰਮੋਹ ਪਕਸਾਰ, ਅਸੰਖ ਮੌਨ ਅਲੇ ਵਲਾਇਤਾਰ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਚ ਮਲ ਭਖ ਕਾਹੇ, ਅਸੰਖ ਨਿੰਦਕ ਸਿਰ ਕਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤੇ ਤਿਬਾਹੇ, ਜੇ ਤਾਂ ਕੀਤਾ ਤੇ ਤਾਂ ਨਾਓ, ਵਿਣ ਨਾਵੈ ਨਾਹੀ ਕੁਤਾਓ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੋਖੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤੇ ਕਵਣ ਵਾਰੋ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰੋ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਯੋਗੀ ਜਾਣ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਜ, ਕੀਤਾ ਜਾ ਕਹਿ ਹੋਵੈ, ਨਾਨਕ ਜੇ ਕੋ ਆਪਾ ਜਾਣਾ, ਅੱਗਾ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸ ਆਇਆ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਾ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਇੱਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ, ਪਵੈ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਾਏ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੈ ਕੋਏ, ਤੇ ਉੱਚੇ ਕਹੋ ਜਾਣੈ ਸੋਏ, ਜੇ ਵੜ ਆਪ ਜਾਣਾ ਆਪ ਆਪੇ, ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ ਨਾ ਤਮਾਏ, ਕਿਤੇ ਮੰਗੈ ਜੋ ਦਾ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹੇ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਪੇ ਕੇ ਕੇ, ਜਿਸ ਨੋਂ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਮੁੱਲ ਲੈ ਜਾਹੇ, ਅਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਮਾਣ, ਅਮੁੱਲ ਬਖਸ਼ੀਸ ਅਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸਰੇ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੈ ਆਖਣ ਪਾਹ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਤੇਹ, ਦਾਖ ਨਾ ਸਕੈ ਕੇ ਕੇ, ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਆ ਸਿਰ ਗਾ ਵਾਰਾਂ ਗਾ ਵਾਰ।
ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਾਂ ਨੇ ਇੱਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਈਨ ਕੇਤੇ ਗਾਵਣ ਹਾਰੇ ਗਾਵੈ ਤੁਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਜਾਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਹੀ ਤੁਧਰੋਂ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਨਿਧ ਸਿੱਧ ਅਵਰਾ ਸਾਧ ਸੰਜੋਗ ਵਿਯੋਗ ਦੋ ਏਕਾਰ ਚਲਾਵ ਹੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਇਹ ਤੁਰਾਹੇ ਪਤ ਪਵੜੀਆ ਚੜਿਆ ਹੋਏ ਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆ ਈਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੋਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਆ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾ ਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂ ਬਲਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਮਾਹੇ ਤਾਂ ਕੇ ਰੂਪ ਮੈਂ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ
ਵੇਖਿਆ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਹਾਰਾ ਧੀਰ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤੋ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਕਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿੰਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿੰਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣਪਾ ਲਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਮੋਹਨ ਮੋਹਲੀਆ ਮਨ ਮੋਹਨ ਮੋਹਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਸਮਝਸ ਸ਼ਬਦ ਵਿਚਾਰੇ ਸਮਝਸ ਸ਼ਬਦ ਵਿਚਾਰੇ ਮੋਹਨ ਮੋਹਲੀਆ ਮਨ ਮੋਹਨ ਮੋਹਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਸਮਝਸ ਸ਼ਬਦ ਵਿਚਾਰੇ ਸਮਝਸ ਸ਼ਬਦ ਵਿਚਾਰੇ ਮੋਹਨ ਮੋਹਲੀਆ ਮਨ ਮੋਹਨ ਮੋਹਲੀਆ ਮਨ ਮੇਰਾ ਪੂਰਨ ਪਰਮ ਜੋਤ ਪਰਮੇਸ਼ਰ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ
प्रीतम प्राण हमारे पूरन परम ज्योत परमेश्वर पूरन परम ज्योत परमेश्वर प्रीतम प्राण हमारे प्रीतम प्राण हमारे मोहन मोलिया मन मेरा मोहन मोलिया मन मेरा समंजस शब्द विचारे समंजस शब्द विचारे समंजस शब्द विचारे मोहन मोलिया मन मेरा मोहन मोलिया मन मेरा अपने ठाकुर की हो चेरी अपने ठाकुर की हो चेरी ठाकुर की हो चेरी ठाकुर की हो चेरी चरण गए जग जीवन प्रभ के चरण गए जग जीवन प्रभ के हमें मारन बेरी हमें मारन बेरी चरण गए जग जीवन प्रभ के चरण गए जग जीवन प्रभ के हमें मारन बेरी हमें मारन बेरी मोहन मोलिया मन मेरा मोहन मोलिया मन मेरा समंजस शब्द विचारे समंजस शब्द विचारे समंजस शब्द विचारे मोहन मोलिया मन मेरा मोहन मोलिया मन मेरा
पुर पविख नाही तुम जैसे, पुर पविख नाही तुम जैसे, मेरे प्रीतम प्राण आधारा, मेरे प्रीतम प्राण आधारा, हर कै नाम रति सुहागन, हर कै नाम रति सुहागन, नानक राम पतारा, नानक राम पतारा, हर कै नाम रति सुहागन, हर कै नाम रति सुहागन, नानक राम पतारा, नानक समझस शब्द बिचारे, मोहन मोहलिया मन मेरा, मोहन मोहलिया मन मेरा, पूरन परम ज्योत परमेश्वर, पूरन परम परमेश्वर, प्रीतम प्राण हमारे, प्रीतम प्राण हमारे, पूरन परम ज्योत परमेश्वर, पूरन परम ज्योत परमेश्वर, प्रीतम प्राण हमारे, प्रीतम प्राण हमारे, मोहन मोहलिया मन मेरा, मोहन मोहलिया मन मेरा, मन मेरा।
ਜਗਦੀਸ਼ਰ ਹਰ ਜੀਓ ਅਸੁਰ ਸੰਹਾਰੇ ਜਗ
ਕੱਟ ਕੱਟ ਵਾਸੀ
ਪੂਜਨੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮੋਹਨ ਮਾਧਵ ਕ੍ਰਿਸ਼ਨ ਬੁਲਾਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਕਾ ਸ਼ਬਦ। ਇਹ ਸ਼ਬਦ ਇਤਨਾ ਬੜਾ ਹੈ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ। ਏਕ ਏਕ ਪੰਕਤੀ ਮੇਂ ਕ੍ਰਿਸ਼ਨ ਜੀ ਕੀ ਉਸਤਤ ਲਿਖੀ ਹੋਈ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਔਰ ਇਹ ਕਿਸਨੇ ਲਿਖੀ ਹੈ? ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਕੀ ਬਾਣੀ ਮੇਂ ਲਿਖ ਗਏ ਹੈ ਕਿ ਆਜ ਤੱਕ ਜਿਤਨੇ ਵੀ ਅਵਤਾਰ ਹੋਏ, ਜਿਤਨੇ ਵੀ ਜਿਸਕਾ ਨੈਨ ਨਕਸ਼ ਸਭਸੇ ਸੁੰਦਰ ਥਾ, ਸਭਸੇ ਸੁੰਦਰ, ਅਤਿ ਸੁੰਦਰ, ਕਿ ਏਕ ਬਾਰ ਕੋਈ ਦੇਖ ਲੇ ਔਰ ਮਨ ਮੋਹ ਲਿਆ ਜਾਏ, ਉਹ ਸ਼੍ਰੀ ਕ੍ਰਿਸ਼ਨ ਜੀ ਕਾ ਥਾ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕਮਾਲ ਕੀ ਬਾਤ ਹੈ, ਕੱਟੜਤਾ ਇਤਨੀ ਬੜ ਗਈ ਹੈ, ਇਤਨੀ ਬੜ ਗਈ ਹੈ। ਹਮਾਰੇ ਗੁਰੂ ਉਸਤਤ ਕਰ ਰਹੇ ਹੈ ਕ੍ਰਿਸ਼ਨ ਜੀ ਕੀ ਬਾਣੀ ਹੋਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰਾ ਇੱਕ ਅਧਿਆਇ ਲਿਖ ਗਏ ਦਸਮ ਗ੍ਰੰਥ ਕੀ ਬਾਣੀ ਮੇਂ, ਔਰ ਹਮ ਜੋ ਸਰਵਨ ਕਰ ਰਹੇ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਹੈ। ਹਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਏਕ ਸਮਾਨ ਰੱਖਾ ਹੈ ਸਭਕੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਮੇਂ ਸਭ ਕਾ ਸਤਿਕਾਰ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬਸ ਹਮਾਰੇ ਮਨ ਮੇਂ ਹੀ ਭੇਦ ਡਾਲ ਦੀਏ ਗਏ ਹੈ ਕਿ ਇਹ ਹਮਾਰਾ ਹੈ, ਉਹ ਤੁਮਹਾਰਾ ਹੈ, ਯਹਾਂ ਪਰ ਤੋ ਬਾਤ ਹੀ ਕੁਛ ਔਰ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਛੇਵੇਂ ਗੁਰੂ ਨਾਨਕ, ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ। ਕਵੀ ਭਾਈ ਸੰਤੋਖ ਸਿੰਘ ਜੀ, ਸੂਰਜ ਪ੍ਰਕਾਸ਼ ਗ੍ਰੰਥ, ਜਿਸੇ ਹਰਿਮੰਦਰ ਸਾਹਿਬ ਨੇ ਵੀ ਪ੍ਰਮਾਣਿਤ ਕੀਆ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਇੱਕ ਐਸੀ ਇਤਿਹਾਸਿਕ ਕਿਤਾਬ ਹੈ ਜਿਸੇ ਪ੍ਰਮਾਣਿਤ ਕੀਆ ਹੈ ਸਾਰੇ ਮਹਾਂਪੁਰਸ਼ੋ ਨੇ, ਸਾਰੇ ਹੈਡ ਗ੍ਰੰਥੀਓ ਨੇ, ਕਿ ਇਸ ਮੇਂ ਜੋ ਲਿਖਾ ਹੈ ਸਹੀ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਉਸ ਕਿਤਾਬ ਕੀ ਘਟਨਾ, ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਸਿੱਖੋ ਨੇ ਬੇਨਤੀ ਕੀ ਪਾਤਸ਼ਾਹ ਸੇ। ਦੋ ਪ੍ਰਕਾਰ ਕੇ ਸਿੱਖ ਹੋਤੇ ਹੈ ਜੋ ਮਹਾਂਪੁਰਸ਼ੋ ਕੇ ਸਾਥ ਰਹਤੇ ਹੈ, ਦੋ ਪ੍ਰਕਾਰ ਕੇ ਲੋਕ ਹੋਤੇ ਹੈ ਜੋ ਗੁਰੂਓਂ ਕੇ ਸਾਥ ਰਹਤੇ ਹੈ। ਏਕ ਤੇ ਵੋ ਜੋ ਟਾਈਮ ਪਾਸ ਕੇ ਲਿਏ ਆਤੇ ਹੈ, ਏਕ ਵੋ ਜੋ ਘਾਲਨਾ ਘਾਲਨੇ ਕੇ ਲਿਏ ਆਤੇ ਹੈ, ਕੁਛ ਪਾਣੇ ਕੇ ਲਿਏ ਆਤੇ, ਪਿਆਸ ਹੋਤੀ ਹੈ ਜਿਵੇਂ। ਇਨ ਦੋ ਸਿੱਖੋਂ ਕੋ ਕਵੀ ਭਾਈ ਸੰਤੋਖ ਸਿੰਘ ਜੀ ਕਹਤੇ ਹੈ ਕਿ ਅਧਿਆਤਮ ਕੀ ਪਿਆਸ ਥੀ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਇਹਨਾਂ ਨੇ ਛੇਵੇਂ ਗੁਰੂ ਨਾਨਕ ਸੇ ਬੇਨਤੀ ਕੀ, ਪਾਤਸ਼ਾਹ ਆਪ ਜੋ ਕਹਤੇ ਹੈ ਹਮ ਸਭ ਕਰਤੇ ਹੈ, ਆਪਕੀ ਕਿਰਪਾ ਸੇ, ਨਿਮਰਤਾ ਸੇ ਬੇਨਤੀ ਕੀ, ਚਰਨੋਂ ਪਰ ਸਰ ਰੱਖ ਕੇ ਬੇਨਤੀ ਕੀ ਕਿ ਪਾਤਸ਼ਾਹ ਹਮ ਘਾਲਨਾ ਘਾਲਤੇ ਹੈ। ਘਾਲਨਾ ਘਾਲਨੇ ਕਿਸੇ ਕਹਤੇ ਹੈ, ਹਮ ਪੜ੍ਹਤੇ ਹੈ ਨਾ ਅਖੀਰ ਮੇਂ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕਹਤੀ ਛੁੱਟੀ ਨਾਲ। ਘਾਲਨਾ ਇਹ ਜੋ ਹਮ ਅੰਮ੍ਰਿਤ ਵੇਲੇ ਗੁਰੂ ਹਮੇ ਉਠਾ ਰਿਹਾ ਹੈ, ਇਹ ਘਾਲਨਾ ਹੈ। ਹਰ ਸੇ ਬੋਲੀਏ ਧੰਨ ਗੁਰੂ ਨਾਨਕ। ਨੀਂਦ ਕਾ ਤਿਆਗ ਕਰਕੇ ਆਲਸ ਕੋ ਲਾਤ ਮਾਰ ਕੇ ਉੱਠਣਾ, ਇਹ ਘਾਲਨਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੇ ਲੜਨਾ ਪੂਰਾ ਦਿਨ, ਇਹ ਘਾਲਨਾ ਹੈ। ਉਸ ਪਰ ਜਿੱਤਣਾ, ਝੂਠ ਨਹੀਂ ਬੋਲਣਾ ਘਾਲਨਾ ਹੈ। ਜਿਤਨੇ ਮੁਸ਼ਕਿਲ ਕਾਮ ਹੈ, ਸਿਮਰਨ ਕਰਨਾ ਪੂਰਾ ਦਿਨ, ਪਾਠ ਕਰਨਾ, ਨਿਤਨੇਮ ਕਰਨਾ, ਜੋ ਗੁਰੂ ਕਹਿਤਾ ਹੈ ਵੋ ਕਮਾਨਾ, ਇਹ ਘਾਲਨਾ ਹੈ। ਹਰ ਸੇ ਬੋਲੀਏ ਧੰਨ ਗੁਰੂ ਨਾਨਕ।
वो सिख कहते हैं पातशाह आप जो भी उपदेश करते हैं हम कमाते हैं आपकी कृपा से, घालना घालते हैं, अमृत वेले भी उठते हैं, नित्यनेम भी करते हैं, सिमरन भी करते हैं, अपने मन से जंग भी करते हैं, पर फिर भी हमारा मन अशांत है। हर से बोलिए धन गुरु नानक, धन गुरु नानक, धन गुरु नानक, धन गुरु नानक। यह सवाल न जाने कितने लोगों के मन का होगा। कई लोग सिमरन भी करते हैं, अमृत वेले भी उठते हैं, कमाई बहुत है, पर मन फिर भी अशांत है, क्यों? पता है, ऐसा जवाब कोई गुरु के सिवाय दे सकता है? हर से बोलिए धन गुरु नानक, भटकते रह जाते हैं यहाँ वहाँ। मोको तो भरोसो गुरु ग्रंथ महाराज पे, 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 गुरु ग्रंथ महाराज गुरु नानक। गुरु हरगोविंद साहब जी ने जवाब दिया बड़ा ही प्यारा, कहने लगे जब सब कुछ कमाई करते हुए भी मन अशांत है तो इसका कारण केवल और केवल एक है। उन्होंने हाथ जोड़कर बेनती की, पाचा क्या कारण है हमें बताइए। पाशाह ने फरमाया एक ही कारण होता है मन अशांत होने का, अगर सारे काम कर रहे हैं, अमृत वेले भी उठ रहे हैं, नाम भी जप रहे हैं, जो गुरु कह रहा है हम कर रहे हैं, फिर भी अगर मन अशांत है तो एक ही कारण है कि मन को अहंकार हो गया है। प्यार से बोले धन गुरु नानक, धन गुरु नानक। खुद को कुछ समझने लग जाते हैं, अपने आप अंदर ही अंदर हम अपने आप को कुछ समझने लग जाते हैं कि मैं अमृत वेले उठता हूँ, मैं सिमरन करता हूँ। पातशाह ने फरमाया मन की शांति चाहते हो तो हो सबना की रेणुका। प्यार से बोलिए धन गुरु नानक, धन गुरु नानक। जब संगत में जाया करो तो सुरती से सबके चरणों पर माथा टेका करो संगत के, कि मुझसे सब अच्छे मैं सबसे बुरा। प्यार से बोलिए धन गुरु नानक, धन गुरु नानक। अपने मन को निम्रता में ले आओ, मन को शांति आ जाएगी। प्यार से बोलिए धन गुरु नानक, धन गुरु नानक। फिर जो घालना घाली होगी वो थाए पड़ जाएगी, क्योंकि अगर मन में अगर महापुरुषों के वचन है कि शरीर में 7 करोड़ रोम होते हैं, 7 करोड़, और इतने ही द्वार हैं अहंकार के अंदर प्रवेश करने के। प्यार से बोलिए धन गुरु नानक, धन गुरु नानक। इससे बचना नामुमकिन के जैसा है, अहंकार से बचना। कोई विरले बचे हैं, विरले उंगलियों में गिन सकते हैं जो बचते हैं इससे, नहीं तो हर एक के अंदर अहंकार होता है। प्यार से बोलिए धन गुरु नानक, धन गुरु नानक। भिखारी के अंदर भी अहंकार होता है, और जिसके अंदर गुण हो कोई
अहंकार उतना ज्यादा होता है। प्यार से बोलिए धन गुरु नानक। धन गुरु नानक। अपने मन को नीवा रखो। सुरती से जब संगत में आए, ज्ञानी संत सिंह जी मस्कीन जी एक बात कहा करते थे, कहते जब गुरुद्वारे में आते हैं तो अहंकार को जोड़े घर में जहाँ पर जूते उतारते हैं, जूते के साथ ही उतार कर आया कर। प्यार से बोलिए धन गुरु नानक। धन गुरु नानक। एक बार गुरुद्वारे के द्वार से अंदर प्रवेश कर गया, अहंकार को जूते के साथ उतार कर आया कर, तो कुछ लेकर जाएगा, वरना जो कुछ है वो भी गवा कर चला जाएगा। प्यार से बोलिए धन गुरु नानक। धन गुरु नानक। धन गुरु नानक। धन गुरु नानक। काम क्रोध लोभ झूठ निंदा इनते आप छड़ा, एह पीतर ते इनको डारो आपन निकट बुला। काम क्रोध अर लोभ मो बिनस जाए अहमें अहमें अहमें, नानक प्रभ शरणागति कर प्रसाद गुरुदे। हे वाहिगुरु तू ही कृपा कर, मैं इनसे नहीं जीत सकता, अहंकार से नहीं जीत सकता, तरस कर मुझ पर कि काम क्रोध लोभ मोह अहंकार से तू बचा ले। हर चीज की माफी है अहंकार की नहीं। प्यार से बोलिए धन गुरु नानक। धन गुरु नानक। हर जियो अहंकार ना भावे। गुरबाणी में इतने प्रमाण हैं, इतने प्रमाण हैं कि अहंकार के ऊपर पूरा प्रकरण चलता रहे महीना भर तो भी खत्म नहीं होगा। प्यार से बोलिए धन गुरु नानक। धन गुरु नानक। हर है खांड रेत में बिखरी हाथी चुनी न जाए, कहो कबीर गुर पली बुझाए कीटी हुए के खाए। कबीर जी समझाते हैं, मानो कि प्रभु जिसकी प्राप्ति के लिए तू ये सारे साधन कर रहा है, मान ले प्रभु शक्कर का दाना है, अब शक्कर के दाने को ढूंढने के लिए हाथी को लगा दो, नहीं ढूंढ पाएगा। प्यार से बोलिए धन गुरु नानक। धन गुरु नानक। हर है खांड, वो रेत में मिक्स हो गई है शक्कर का दाना, अब हाथी से कहो उसे ढूंढ दे, वो नहीं ढूंढ पाएगा। कहने का भाव जो अपने आप को बड़ा समझे, अहंकार में आ जाए, वो प्रभु को नहीं पा सकेगा, कैसे पाएगा। कहो कबीर गुर पली बुझाई। कबीर जी कहते हैं गुरु ने मुझे सुमत बख्शी कि अगर वो चीट दाना ढूंढने शक्कर का तो चीटी बन जा। प्यार से बोलिए धन गुरु नानक। धन गुरु नानक। बहुत छोटा बन जा, छोटा होगा तो वो शक्कर के दाने की प्राप्ति हो जाएगी। प्यार से बोलिए धन गुरु नानक। धन गुरु नानक। मोहन माधव कृष्ण मुरारे जगदीश्वर हरे असुर संहारे। मोहन माधव कृष्ण मुरारे जगदीश्वर हरे असुर संहारे। यहाँ पर छेवें गुरु नानक ने कमाल की घटना सुनाई, इसी ग्रंथ की घटना सूरज प्रकाश
गुरु हरगोविंद साहब जी कहने लगे, जितने भी देवता हैं सबसे ज्यादा पूजनीय विष्णु भगवान है। प्यार से बोले धन गुरु नानक। ये छेवें गुरु नानक गुरु हरगोविंद साहब जी के वचन लिखे हुए। हम वाहेगुरु सिमरन करते हैं, वाहेगुरु वाहेगुरु। ये वाहेगुरु बना कैसे? भाई गुरदास जी कहते हैं, सर्वन की सत जुग सत गुर वास दे, वाह विष्णु नाम जपावे, द्वापर सतगुर हरे कृष्ण, हा हा हर हर नाम जपावे, त्रेते सतगुर राम जी, रा रा राम जपे सुख पावे, कल युग नानक गुरु गोविंद, गग्गा गोविंद नाम अलावे, चार जाके चोह चुकी पंचायण विच जाय समावे, चारों अक्षर एक कर वाहे गुरु जप मंत्र सुनावे, जहां ते उपजिया फिर तहां समावे, ये वाहे गुरु अक्षर कहां से आया? कहां से आया? सतयुग सतगुरु वासदेव, वाह वाह विष्णु नाम जपावे। सतयुग में विष्णु जी ने अवतार धारा, वासुदेव प्यार से बोलिए धन गुरु नानक, धन गुरु नानक, वाह वहां से लिया गया। द्वापर सतगुरु हरि कृष्ण, हाँ यहाँ से लिया गया। प्यार से बोलिए धन गुरु नानक, धन गुरु नानक। त्रेते में सतगुरु राम जी, रारा यहाँ से लिया गया। प्यार से बोलिए धन गुरु नानक। ये तीनों किसके अवतार है? विष्णु के, कृष्ण जी। प्यार से बोलिए धन गुरु नानक, धन गुरु नानक, धन गुरु नानक, धन गुरु नानक। कल युग नानक गुरु गोविंद, यहां से गग्गा लिया गया। प्यार से बोलिए धन गुरु नानक, वाहेगुरु। वाणी फरमाती है कि ये वाहेगुरु मंत्र का तो जाप करेगा, ये जहां से आया है तुझे वहीं पर ले जाएगा। प्यार से बोलिए धन गुरु नानक, धन गुरु नानक, धन गुरु नानक। मोहन माधव कृष्ण मुरारे, जगदीश्वर हरे असुर संहारे, मोहन माधव कृष्ण मुरारे, जगदीश्वर हरे दियो असुर संहारे। छेवें गुरु नानक गुरु हरगोविंद साहब जी ने यहाँ पर एक घटना सुनाई। कहने लगे कि भिंगुर ऋषि हुए, भिंगुर ऋषि, उन्होंने सुना कि कृष्ण जी के अंदर बहुत निम्रता है, विनम्रता है उनके अंदर। भगवान श्री कृष्ण जिस भी अवतार में हुए उनमें एक खासियत थी, विनम्रता। कहते हैं कि जहां भी कोई यज्ञ होता था ना उस जमाने में, त्रेते में, सतयुग में, द्वापर में कोई यज्ञ होता था तो कृष्ण जी का स्थान सबसे ऊंचा रखा जाता था, सबसे बड़ा स्थान, क्योंकि सबसे बड़े हैं।
पर कृष्ण जी जितने भी ऋषि मुनि आते थे उनके चरण अपने हाथों से धुलाते थे, प्यार से बोलिए धन गुरु नानक, धन गुरु नानक, इतनी विनम्रता थी उनमें। छेवें गुरु नानक गुरु हरगोविंद साहब जी यहाँ पर एक घटना सुनाते हैं सिखों को निम्रता क्या होती है समझाने के लिए। कहने भिंगू ऋषि ने सुना कि कृष्ण जी के अंदर बहुत निम्रता है, वो कहने लगा मैं उनकी निम्रता कितनी है अभी पता करके आता हूं। दिखावा होता है, विनम्रता नहीं होती। वो कहने लगा सारी ऋषियों को, कृष्ण जी आराम कर रहे थे, भिंगू ऋषि आया, उसने जोर से लात मार दी कृष्ण जी को, प्यार से बोले धन गुरु नानक, धन गुरु नानक। तीसरे गुरु नानक गुरु अमरदास जी को भाई दातू जी ने लात मारी थी ना, गुरु नानक के घर की पढ़ाई ही निम्रता है। गुरु बस ये दात बख्श दे किसी तरह से। तीसरे गुरु नानक को जब भाई दातू जी ने लात मारी थी तो गुरु अमरदास जी ने वो लात पकड़कर दबानी शुरू कर दिए थे पैर, कि मैं बुजुर्ग हो गया हूँ, हड्डियां निकल आई हैं, कहीं आपको चोट ना आ गई हो, प्यार से बोलिए धन गुरु नानक, धन गुरु नानक, धन गुरु नानक, धन गुरु नानक। निम्रता, जब कृष्ण जी को भिंगु ऋषि ने लात मारी तो कृष्ण जी ने चरण पकड़ लिए, प्यार से बोलिए धन गुरु नानक, धन गुरु नानक। कहने लगे आज मेरी ये देही सफल हो गई कि किसी कमाई वाले महापुरुष के चरण मेरी देही से छू गए, प्यार से बोलिए धन गुरु नानक, धन गुरु नानक, धन गुरु नानक, धन गुरु नानक। मोहन माधव कृष्ण मुरारे जगदीश हरि जियो असुर संहारे, मोहन माधव कृष्ण मुरारे जगदीश हरि जियो असुर संघारे, पितरा मन 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 मनो कृष्ण चरावतारे, जाता ठाकुर तुम्हें सर्वधर मोहि कबीरा नारे, पितरा मन 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 मनो कृष्ण चरावतारे, जाता ठाकुर तुम्हें सर्वधर मोहि कबीरा नारे। तो यहाँ पर साखी बहुत बड़ी है, पर इसमें दो शिक्षा जहां तक है मैं वहां तक लेकर समाप्ति करूंगा, अमृत वेले का समय है। ये शिक्षा हमारे लिए बहुत जरूरी है, बहुत ही ज्यादा जरूरी है, कि जो मसले हमारे हैं वही मसले हमेशा से रहे हैं, प्यार से बोलिए धन गुरु नानक। उन दो सिखों ने बेनती की पाचा एक बहुत बड़ी दुविधा और भी है, आशा कहने के बताओ। कहने के पाचा आप कहते हो संगत करो, हम संगत में जाते हैं। उस जमाने में गुरुद्वारे को धर्मशाला कहा जाता था, कि हम धर्मशाला में जाते हैं, आप कहते हो बैठ के संगत में नाम जपो। पर संगत में जब जाते हैं आपका हुक्म है सेवा भी करो, हम सेवा करना चाहते हैं।
पर कुछ लोग, कुछ सेवादार ऐसे होते हैं जिनकी कोशिश होती है कि दूसरों से आगे निकल जाए। हर से बोलिए धन गुरु नानक, धन गुरु नानक, कि कोई दूसरा मुझसे आगे ना निकल जाए, मैं आगे निकल जाऊं। हर जगह पर यह है। उन सेवादारों से कैसा बर्ताव करें, क्या उन्हें समझाएं, क्या उनसे झगड़ा करें, या उनको प्यार से समझाएं, क्या करें? प्यार से बोलिए धन गुरु नानक, धन गुरु नानक। ये बहुत ही ज्ञान वाली बात है। जो सवाल उन्होंने पूछा, हमारे मन के शंके हल होते हैं। कहते हैं पातशाह, जब हम जाते हैं संगत में तो कुछ सेवादार ऐसे होते हैं जो हमको पीछे छोड़ के आगे निकलना चाहते हैं, लोगों की नजरों में आगे आना चाहते हैं कि हम सेवादार हैं। उन सेवादारों से झगड़ा करें या उन सेवादारों को समझाएं, क्या करें, कोई तरीका बताइए। तो गुरु हरगोविंद साहब जी ने यहाँ पर क्या समर्थ बख्शे शास्त्र कह जी, प्यार से बोलिए धन गुरु नानक, धन गुरु नानक। मोको तो भरोसो ग्रंथ महाराज पे, मोको तो भरोसो ग्रंथ महाराज पे, गुरु 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 ग्रंथ महाराज पे, हो गो तो भरोसो ग्रंथ को। गुरु हरगोविंद साहब जी ने समझाया कि जब कोई सेवादार तुमसे आगे निकलने की कोशिश करे, उसका मन हो कि मैं आगे निकल जाऊं, तुम पीछे रह जाओ, तो गुरु हरगोविंद साहब जी कहने लगे, तुम पीछे हट जाओ। प्यार से बोलिए धन गुरु नानक, धन गुरु नानक। तुम पीछे हट जाओ, उसे आगे होने दो। अगर झोली भरवाना चाहते हो तो पीछे हट जाओ। जो आगे निकलने की कोशिश करते हैं वो हमेशा के लिए पीछे रह जाते हैं। प्यार से बोलिए धन गुरु नानक, धन गुरु नानक। छेवे गुरु नानक के वचन, जो दूसरों से आगे निकलने की कोशिश करते हैं वो हमेशा के लिए पीछे रह जाते हैं, और जो अपने आप को पीछे हटा लेते हैं गुरु उन्हें आगे कर देता है। प्यार से बोलिए धन गुरु नानक, धन गुरु नानक, धन गुरु नानक, धन गुरु नानक। यहाँ पर भी निम्रता सिखाइए, ना कहा झगड़ा करो, ना कहा समझाओ, बस अपने आप को पीछे कर लो, कहो भाई तू सेवा कर ले। प्यार से बोलिए धन गुरु नानक, धन गुरु नानक, धन गुरु नानक, धन गुरु नानक। ये मेरे साथ भी बीत चुका है, तकरीबन 10 साल या 15 साल पहले की घटना है। मैं महापुरुषों के पास संगत करता था, सेवा करता था, बाबा खेम सिंह जी के पास। उस समय की घटना है, एक सेवादार ऐसा ही करता था मेरे साथ कि तू पीछे हट मैं करूंगा, तो मैंने झगड़ा कर लिया उसके साथ। प्यार से बोलिए धन गुरु नानक, धन गुरु नानक। मैंने झगड़ा कर लिया, झगड़ा कर लिया, उसने दरबार आना ही छोड़ दिया, सेवा पे आना ही छोड़ दिया। जब उसने आना बंद कर दिया तो बाबा जी ने मुझसे पूछा, वो आता क्यों नहीं? मैं चुप,
क्या बताऊं कि झगड़ा तो मैंने किया है। तो मैंने बाबा जी को फिर बताया सच कि उसने ऐसे किया था, ऐसे कर रहा था, फिर मैंने उसको ऐसे बोला, उसने आना बंद कर दिया। तो बाबा जी ने मुझे समझाया, महापुरुषों ने, कि तू झोली भरवाने आया है या गवाने आया है। घर से बोलिए धन गुरु नानक, धन गुरु नानक। मैंने कहा भरवाने, कहने लगे भरवाने आया है तो सेवा उसे दे दे, पीछे हट जा। घर से बोलिए धन गुरु नानक, धन गुरु। कहने लगे इतने साल सेवा करने के बाद तूने सीखा क्या है। मुझे डांटने लगे बहुत। तब मुझे समझ आई बात, तब समझ आई कि अगर कुछ पाना है गुरु घर से, अपने आप को पीछे करना पड़ेगा। यही तो है मन से जंग, खालसा सो जो करे नित जंग। मन हमारा कहता है नहीं ऐसा कर, पर जो अपने मन से जंग करे रोज कि नहीं मैं तेरी नहीं मानूंगा, मैं गुरु की मानूंगा, गुरु गोविंद सिंह जी महाराज कहते हैं वो मेरा खालसा। प्यार से बोलिए धन गुरु नानक, धन गुरु नानक, धन गुरु नानक, धन गुरु नानक। और जो गुरु गोविंद सिंह जी महाराज का हो गया वो पीछे कैसे रह सकता है। प्यार से बोलिए धन गुरु नानक, धन गुरु नानक। मोहन माधव कृष्ण मुरारे जगदीश हरे जी असुर संहारे। मोहन माधव कृष्ण मुरारे जगदीश हरे जी असुर संहारे। दो मिनट पांच मिनट के लिए ये धुनी में लगा दिए सारे, आज के दिन जरूर सब जुड़ कर गए। हरे राम हरे राम 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 हरे हरे। हरे राम हरे कृष्ण हरे
की बसे मोरो परवारा सेवक सिख सब करतारा मोर अच्छा निज कर दे करिए सब रन को आज संगरिए पूरन होए हमारी आशा और भजन के रहे प्यासा तुम्हें छाड़ कोई और ना जाओ जो पर जाओ सो तुम ते पाओ सेवक सिख हमारे तारी है जन जन सत्र हमारे मारी है आप हाथ दे मुझे उभरी है अर्ध काल का त्रास नवारी है वो जो सदा हमारे पछा यस तुझ जो करियो रचा राख ले मोय राखण हार साहिब संत साहिब प्यार दीन बांध दुष्टन के हंदा हो पुरी ततर दस कंता काल पाए ब्रह्मा बप तरा काल पाए सब जो अवतरा काल पाए कर भीषण प्रगासा सकल काल का किया तमासा जवन काल जो की शिव कियो वेद राज ब्रह्मा जो थियो जवन काल सब लोक सवारा नमस्कार है ताए हमारा जवन काल सब जगत बनायो देव दैत जग छनि उपजायो आद अंत के अवतारा सोई गुरु समझो हमारा नमस्कार तिस ही को हमारी सगल प्रजा जिने आप सवार सेवकन को शिव गुण सुख दियो सतरन को पल मोहबत कियो कट कट के अंतर की जानत भले बुरे की पीर पछानत चीटी ते कुंजर अस्तोला सब पर कृपा दृष्ट कर भोला संतन दुख पाए ते दुखी सुख पाए साधन के सुखी एक एक की पीर पछान है कट कट के पट पट की जान है जब उदकर्क करा कर तारा प्रजा तर्क तब दे अपारा जब अकर्क करतो कब मैं मिलत तो दे
तर सब जेते बदन श्रेष्ठ सब धार आप आपने बोझ उतार तुम सब ही ते रहत निरालम भेद भेद अरे आलम निरंकार निर्विकार निर्लंब आद अनिल अनाद असंभ तांका मूढ़ उचार तुभेदा को पेव न पाप तुभेदा तांको कर पान अनुमान महामूढ़ कच भेद न जान महान देव को कहत सदा शिव निरंकार का चिन्हत न पेव आप अपनी बुद्ध है जेती पिन पिन तोय ते तुमरा लखा न जाए पसारा कुछ सजा प्रथम संसारा एक रूप अनूप स्वरूपा रंग पयोरा व कई कोपा अंडज जेरज से तज कीनी कुछ खान बहो रच देने कहूं कुल राजा हव बैठा समट प्यो संकर फैठा सगरी श्रेष्ठ दिखाए अचंभव आद जुगाद स्वरूप से अंभव अब रक्षा मेरी तुम करो करो दुष्ट जिते उठवते उत पाता सकल मलेश करो रण काता जे अस तुझ तव सरणी परे के दुष्ट दुख तव मरे उर्ख जवन पग परे तिहारे इनके तुम संकट सब तारे जो कल को एक बार ते है ताके काल निकटने है रक्षा होई ताए सब काला दुष्ट अरिष्ट करे तत्काला कृपा दृष्टन जाए निहरो ताके ताप तनक मोहर औरे तो सिद्ध कर्म सब होई दुष्ट छा छै सके न कोई एक बार जिन तुम्हें संभारा पास ते ताए जिन नर नाम ते हारो कहा दुष्ट लोक ते रहा खड़ग केत में शरण तिहारी आपो हाथ दे ले ओ बारे सर्व डोर मो सहाई दुष्ट लोक ते ले ओ बचाई खड़ग केत में शरण तिहारी आपो हाथ दे ले ओ बारे सर्व डोर मो सहाई दुष्ट लोक ते ले ओ राम कली महला तीजा आनंद क्यों कार सतगुर प्रसाद आनंद पिया मेरी माए सतगुरु मैं पाया सतगुरु का पाया जिसे की मन वजियां बाधाया राग रतन परवार परियां शब्द गावन सारना अंगीकारो करे तेरा कार्य सब सवारना साचे साहिबा क्या नहीं कर तेरे करता तेरे सब कुछ है जिसे सो पारे सच्चे सैल क्या नाई घर तेरे साचा नाम मेरा आधारो सा
ਸਾਚਾਨਾ ਮੇਰਾ ਆਧਾਰ ਸਾਚਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਣ ਆਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜ ਆਈਆਂ ਸਬਦ ਵਾਜੇ ਕੱਲਾ ਜਿ ਕਰਤਾਰੀਆਂ ਪੰਜ ਭੂਤ ਵਸ ਕੀਤੇ ਕਾਲ ਕੰਟਕ ਮਾਰਿਆ ਮਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਪਵਿੱਤ ਸਤਿਗੁਰੂ ਰਿਆ ਭਰਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਣਹ ਧੁਰੇ ਸਲੋਕ ਪਾਉਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਨਮਃ ਸ਼ਿਵਾਯ ਸ਼ਿਵ ਜੀ ਸਦਾ
जय गुरु जी की।